ਸਤਿ ਸ਼੍ਰੀ ਅਕਾਲ, ਮੈਂ ਹਾਂ ਪੂਜਾ ਮਹੰਤ। ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬ ਨਿਊਜ਼। ਜ਼ਿਲ੍ਹਾ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕਰਕੇ ਹੁਸ਼ਿਆਰਪੁਰ ਵਿਖੇ ਡਿਜੀਟਲ ਲਾਇਬ੍ਰੇਰੀ ਖੋਲ੍ਹੀ ਗਈ ਹੈ, ਜੋ ਅੱਜ ਦੇ ਸਮੇਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਡਿਜੀਟਲ ਮਾਰਕੀਟਿੰਗ, ਨਿਊ ਇੰਪਲੋਇਜ਼ ਆਈਡੀਆ ਜਨਰੇਟ ਕਰਨ ਲਈ ਵੱਖ ਵੱਖ ਖੇਤਰਾਂ ਤੋਂ ਐਕਸਪਰਟ ਦੇ ਸੈਮੀਨਾਰ ਕਰਵਾਏ ਜਾਂਦੇ ਹਨ, ਤਾਂ ਜੋ ਬੱਚੇ ਅੱਜ ਦੇ ਕੰਪੀਟੀਸ਼ਨ ਭਰੀ ਦੁਨੀਆ ਵਿੱਚ ਜਿੱਤਣ ਲਈ ਤਿਆਰ ਰਹਿਣ। ਨਾਲ ਹੀ ਬੱਚਿਆਂ ਲਈ ਕਰੀਅਰ ਕਾਉਂਸਲਿੰਗ ਸੈਸ਼ਨ ਵੀ ਲਗਾਏ ਜਾਂਦੇ ਹਨ। ਬੱਚਿਆਂ ਲਈ ਪੜ੍ਹਾਈ ਸੰਬੰਧੀ ਕਾਫੀ ਮਟੀਰੀਅਲ ਅਤੇ ਵਾਈਫਾਈ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਬੱਚਿਆਂ ਲਈ ਜ਼ਰੂਰੀ ਮੈਗਜ਼ੀਨ, ਨਿਊਜ਼ਪੇਪਰ ਅਤੇ ਹੋਰ ਵੀ ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਦਾ ਖਾਸ ਇੰਤਜ਼ਾਮ ਕੀਤਾ ਗਿਆ ਹੈ। ਲਾਇਬ੍ਰੇਰੀ ਵਿੱਚ ਇੱਕ ਸਪੈਸ਼ਲ ਕਾਨਫਰੰਸ ਰੂਮ ਦੀ ਵੀ ਸਹੂਲਤ ਹੈ, ਜਿੱਥੇ ਕਈ ਤਰ੍ਹਾਂ ਦੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਹਨ, ਅਤੇ ਇਸ ਦੇ ਨਾਲ ਹੀ ਇੱਕ ਬਹੁਤ ਹੀ ਸੁੰਦਰ ਪਾਰਕ ਵੀ ਬਣਾਈ ਗਈ ਹੈ, ਅਤੇ ਵਿਦਿਆਰਥੀਆਂ ਦੇ ਵਾਹਨ ਖੜ੍ਹੇ ਕਰਨ ਵਾਸਤੇ ਪਾਰਕਿੰਗ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ। ਤਾਂ ਫਿਰ ਸੋਚਣਾ ਕਿਉਂ, ਆਓ ਕੁਝ ਨਵਾਂ ਸਿੱਖੀਏ ਅਤੇ ਅੱਗੇ ਨਵੇਂ ਯੁੱਗ ਵਿੱਚ ਵਧੀਏ। ਡਿਜੀਟਲ ਲਾਇਬ੍ਰੇਰੀ ਦੀ ਵੀਡੀਓ ਬਣਾਉਣ ਵਿੱਚ ਇੰਟਰਨੈਸ਼ਨਲ ਪ੍ਰਮੋਟਰ ਰਵੀ ਮਾਨ ਜੀ ਦਾ, ਵੀਡੀਓ ਡਾਇਰੈਕਟਰ ਮਲਕੀਤ ਸਿੰਘ ਜੀ ਦਾ ਅਤੇ ਡਿਜੀਟਲ ਲਾਇਬ੍ਰੇਰੀ ਦੇ ਮੈਨੇਜਰ ਵਿਜੇ ਕੁਮਾਰ ਜੀ ਦਾ ਬਹੁਤ ਹੀ ਵਧੀਆ ਸਹਿਯੋਗ ਰਿਹਾ।